ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੰਮ੍ਰਿਤਸਰ ਦੇ ਮਕਬੂਲਪੁਰਾ ਚੌਂਕੀ ਦੇ ਅਧੀਨ ਆਉਂਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਤੇ ਉਸ ਨੂੰ ਧੋਖਾ ਦੇਣ ਦੇ ਆਰੋਪ ਲਗਾਏ ਹਨ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਪੇਕਿਆਂ ਦਾ ਕਹਿ ਕੇ ਘਰੋਂ ਚਲੀ ਗਈ ਸੀ, ਪਰ ਜਦੋਂ ਉਸਨੇ ਆਪਣੇ ਸਹੁਰੇ ਘਰ ਫੋਨ ਕੀਤਾ ਤਾਂ ਉਹ ਉੱਥੇ ਨਹੀਂ ਪਹੁੰਚੀ, ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 15 ਦਿਨਾਂ ਵਿੱਚ ਹੀ ਉਸਦੀ ਪਤਨੀ ਨੂੰ ਗੁਰਦੁਆਰਾ ਗੋਂਦਵਾਲ ਸਾਹਿਬ ਤੋਂ ਬਰਾਮਦ ਕਰਕੇ ਉਸਦੇ ਹਵਾਲੇ ਕਰ ਦਿੱਤਾ। ਉਧਰ ਪਤਨੀ ਦਾ ਕਹਿਣਾ ਹੈ ਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਚਲੀ ਗਈ ਸੀ। ਹਾਂਜੀ, ਕੀ ਨਾਮ ਜੀ? ਸੀਮਾ। ਸੀਮਾ ਜੀ, ਕੀ ਮਾਮਲਾ ਸੀ ਜੀ, ਕੀ ਹੋਇਆ ਸੀ ਤੁਹਾਡਾ, ਖੁੱਲ ਕੇ ਦੱਸੋ ਜਰਾ। ਇੰਨੀ ਗੱਲ ਹੋਈ ਸਰ ਮੈਨੂੰ। ਦੱਸੋ ਕੀ ਗੱਲ ਹੋਈ ਆ? ਮੇਰੇ ਮਨ ਮੋਟੇ ਗੁੱਸੇ ਨਾਰਾਜ਼ਗੀ ਉਸੇ ਗੱਲੋਂ ਨੂੰ ਚਲ ਗਈ, ਦਿਮਾਗ ਦੀ ਟੈਨਸ਼ਨ ਜੀ। ਤੇ ਕਿੱਥੇ ਚਲਦੇ ਸੀ? ਇਦਾਂ ਨਾਲ ਦੀ ਗਾਂ ਗੁਰਦੁਆਰੇ ਕਦੀ 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 ਕਿਤੇ ਟੱਕੇ ਦੋੜੀ। ਕਿੰਨੇ ਦਿਨ ਬਾਅਦ ਰਹੇ ਤੁਸੀਂ? ਮੈਂ 15 ਦਿਨ ਬਾਅਦ। ਫਿਰ ਕਿਸ ਤਰ੍ਹਾਂ ਇਹਨਾਂ ਨੂੰ ਮਿਲੇ ਤੁਸੀਂ, ਪਰਿਵਾਰ ਨੂੰ ਫਿਰ ਵਾਪਸ ਕਿਸ ਤਰ੍ਹਾਂ ਮਿਲੇ ਜੀ? ਮੈਨੂੰ ਲੈ ਕੇ ਸਾਰੀ। ਕੌਣ ਲਿਆ? ਹਾਂਜੀ, ਪੁਲਿਸ ਲੈ ਕੇ ਤੁਹਾਨੂੰ? ਹਾਂਜੀ, ਪੁਲਿਸ ਲੈ ਕੇ। ਹੁਣ ਤੁਸੀਂ ਠੀਕ ਜੇ? ਹਾਂਜੀ। ਉਧਰ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦਿਆਂ ਔਰਤ ਦਾ ਫੋਨ ਟਰੇਸ ਕਰਕੇ ਉਸ ਨੂੰ ਲੱਭ ਕੇ ਉਸਦੇ ਪਤੀ ਦੇ ਹਵਾਲੇ ਕਰ ਦਿੱਤਾ। ਗੁਰਿੰਦਰ ਸਿੰਘ ਸਨ, ਸੁਰਿੰਦਰ ਸਿੰਘ, ਇੱਥੇ ਫਲੈਟਾਂ ਜਾਂਦੇ ਆ ਗੁਰੂ ਤੇਗ ਬਹਾਦਰ ਕਲੋਨੀ। ਇਹਨਾਂ ਦੀ ਮਿਸਿੰਗ ਜਿਹੜੀ ਆ, ਇਹਨਾਂ ਦੇ ਉਹਦੇ ਮਿਸਿੰਗ ਭਰਾ ਦੀ ਕੋਈ ਐਕਸੀਡੈਂਟ ਹੋਇਆ ਤੇ ਉਹਦੇ ਸੱਟ ਲੱਗੀ ਲੱਤ ਤੇ, ਉਹਦਾ ਪਤਾ ਕਰਨ ਵਾਸਤੇ ਕਿਤੇ ਮੈਂ ਜਾਣਾ ਤੇ ਗੁਰਿੰਦਰ ਸਿੰਘ ਉਹਨੂੰ ਆਪਣੇ ਮੋਟਰਸਾਈਕਲ ਤੇ ਭਰਾ ਕੇ ਪਾਸ ਚ ਛੱਡ ਆਇਆ ਤੇ ਆਪਣੇ ਪੇਕੇ ਘਰ ਨਹੀਂ ਗਈ, ਸਿਆਸਰ ਖੁਰਦ। ਇਹ ਪਤਾ ਨਹੀਂ ਕਿੱਥੇ ਗੁਰਦੁਆਰੇ ਚੜ ਗਈ, ਮਤਲਬ ਘਰੋਂ ਥੋੜਾ ਮਾੜਾ ਮਾੜਾ ਝਗੜਾ ਹੋਇਆ ਉਹਨਾਂ ਦਾ, ਇਹ ਗੁਰਦੁਆਰੇ ਚੜ ਗਈ, ਗੁਰਦੁਆਰਾ ਗੋਬਿੰਦਪੁਰ ਸਾਹਿਬ ਗੁਰਦੁਆਰੇ ਕਿਉਂ ਜਾਂਦੀ ਗਈ ਕਟਿੰਗ ਵਾਸਤੇ। ਬਾਅਦ ਚ ਆ ਕੇ ਸਾਨੂੰ ਦੱਸਿਆ ਕਿ ਮੈਂ ਵਾਪਸ ਨਹੀਂ ਆਈ, ਜਿਹਦੇ ਸੰਬੰਧ ਸੇਮ ਮੁਕਦਮਾ ਨੰਬਰ 169 ਮਿਤੀ 18/10/19 ਅੰਡਰ ਸੈਕਟਰੀ 346 ਥਾਣਾ ਮਕਬੂਲਪੁਰਾ ਦਰਜ ਕਰਾਇਆ ਤੇ ਬਾਅਦ ਤਬਦੀਲੀ ਚੱਲਦੀ ਰਹੀ। ਫਿਰ ਇਹਦੇ ਮੋਬਾਇਲ ਤੇ ਅਸੀਂ ਕਨੈਕਟ ਕੀਤਾ ਜਿੱਥੇ ਇਹਨੇ ਜਨਾਇਆ, ਜਿਹੜੀ ਮਿਸ਼ਰ ਨੇ ਗੱਲਾਂ ਕਰਦੀਆਂ ਤੇ ਫਿਰ ਇਹਦਾ ਪਤਾ ਲੱਗਾ ਵੀ ਇਹ ਗੁਰਦੁਆਰਾ ਸਾਹਿਬ ਆ। ਕਿਹੜੇ ਗੋਬਿੰਦਵਾਲ ਸਾਹਿਬ ਹੀ ਗਏ ਉੱਥੇ, ਬਾਬਾ ਸ੍ਰੀ ਚੰਦ ਦਾ ਗੁਰਦੁਆਰਾ ਲਾਗੇ ਪਿੰਡ ਆ ਕੋਈ, ਉੱਥੋਂ ਪਤਾ ਲੱਗਾ ਵੀ ਉੱਥੇ ਉੱਥੋਂ ਮਿਲ ਗਈ ਤੇ ਟਾਵਰ ਲੋਕੇਸ਼ਨ ਮੋਬਾਇਲ ਦੀ ਲਈ ਅਸੀਂ ਉੱਥੇ ਮਿਲੀ ਹੋਏ। ਉੱਥੋਂ ਅਸੀਂ ਸਾਡੇ ਨਾਲ ਲੇਡੀ ਕਾਂਗਰਸ ਪਰਮਜੀਤ ਕੌਰ 4007 ਨਾਲ ਗਈ, ਮੇਰੇ ਨਾਲ ESI ਅਵਤਾਰ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ, ਆਪਣੀ ਪ੍ਰਾਈਵੇਟ ਵਹੀਕਲ ਦੇ ਇਹਨੂੰ ਲੈ ਕੇ ਆਏ ਤੇ ਆ ਕੇ ਅਸੀਂ ਆਸਿਫ ਸਾਹਿਬ ਦੱਸਿਆ ਇਹ ਤੇ ਫਿਰ ਇਹਨਾਂ ਦੇ ਸਿਸਟਰ ਨੇ ਗੁਰਿੰਦਰ ਸਿੰਘ ਸਿਸਟਰ ਦੇ ਸਾਹਮਣੇ ਇਹਦੇ ਹਵਾਲੇ ਕਰਤਾ, ਹੁਣ ਆਪਣੇ ਬੱਚੇ ਦੇ ਖੁਸ਼ ਆ, ਦੇਖੋ ਠੀਕ ਠਾਕ ਹੈ। ਤੇ ਕਿੰਨੇ ਦਿਨ ਬਾਹਰ ਰਹੇ ਸੀ? ਇਹ ਕੋਈ 14-15 ਦਿਨ ਬਾਹਰ ਰਹੀ ਹੈ ਜੀ। ਕਹਿੰਦੀ ਮੇਰੇ ਮੈਂ ਦਿਵਾਗੀ ਅਫਸਰ, ਮੈਂ ਤਾਂ ਕਰਕੇ ਬਾਹਰ ਰਹੀ ਸੀ। ਅੰਮ੍ਰਿਤਸਰ ਤੋਂ ਸਾਜਨ ਚੌਹਾਨ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।